मैं पढ़ या जो कायदा चट्टी है ओ बिल्लो छाज ले दे लाडी ने ओ बिल्लो मुसे आले जट ने कीती ऐनत तुके नी लाए ओ पिंडा आले शंकी जट ने देख जट्टी है चावी रे लाए शुरुआत आ आ साल डेढ़ गिफ्ट देने ना लोग सोची जानेंगे भी आगे चली जाता इन्नी की गारंटी है भाई मैं बड़ा मान करके तो कहना नहीं। दोस्तों सिद्धू मूसेवाले दे संजू गाने तो बाद हुण उन्हां दा आउण वाला बहुत वड्डा गाना चादरा सारे रिकॉर्ड तोड़ के रख देवेगा जिस बारे असीं तुहानूं इत्थे दसण जा रहे हां। पर पूरी खबर जानने तो पहला जेकर तुहानूं वी सिद्धू दे गाने वधिया लगदे हन तां इस वीडियो नूं लाइक अते शेयर करना ना भुलना अते ताज़ा खबरां दी जानकारी लई साडे चैनल नूं सबसक्राइब जरूर कर लेना। लो दोस्तों जिवें कि पिछले कुछ समय तो लगातार चर्चा चल रही सी कि सिद्धू दे इन्ने ज़्यादा गाने तैयार हो चुके हन ਅਤੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਇਹਨਾਂ ਵਿੱਚੋਂ ਕਿਹੜਾ ਗਾਣਾ ਪਹਿਲਾਂ ਰਿਲੀਜ਼ ਹੋਵੇਗਾ ਤੇ ਕਦੋਂ ਕਿਉਂਕਿ ਸਾਰੇ ਗਾਣੇ ਹੀ ਇੱਕ ਤੋਂ ਇੱਕ ਚੜ ਕੇ ਬਣਾਏ ਗਏ ਹਨ। ਹਾਲਾਂਕਿ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਅਜੇ ਤੱਕ ਤਾਂ ਸਿੱਧੂ ਦੇ ਸੰਜੂ ਗਾਣੇ ਦਾ ਹੀ ਹੈਂਗਓਵਰ ਨਹੀਂ ਉਤਰਿਆ ਅਤੇ ਹਰ ਪਾਸੇ ਗਾਣੇ ਨੇ ਕਮਾਲ ਹੀ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਸਮੇਂ ਸੰਜੂ ਗਾਣੇ ਦੇ ਵਿਊਜ਼ 2 ਕਰੋੜ ਦੇ ਨੇੜੇ ਹੋ ਚੁੱਕੇ ਹਨ ਤੇ 4 ਦਿਨਾਂ ਬਾਅਦ ਵੀ ਅੱਜ ਗਾਣਾ ਪੂਰੀ YouTube ਉੱਪਰ ਨੰਬਰ 1 ਟ੍ਰੈਂਡਿੰਗ ਚੱਲ ਰਿਹਾ ਹੈ ਅਤੇ ਇਹ ਸਭ ਫੈਨਸ ਕਰਕੇ ਹੀ ਹੋ ਸਕਿਆ ਹੈ ਜੋ ਕਿ ਸਿੱਧੂ ਦੇ ਕੀਤੇ ਕੰਮ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹਨ ਕਿ ਖੁਦ ਸਿੱਧੂ ਨੂੰ ਵੀ ਕਿਸੇ ਵੱਡੀ ਪ੍ਰੋਮੋਸ਼ਨ ਦੀ ਲੋੜ ਨਹੀਂ ਪੈਂਦੀ ਅਤੇ ਹੁਣ ਸਿੱਧੂ ਦੇ ਨਵੇਂ ਬਣੇ ਗਾਣੇ ਚਾਦਰੇ ਦੀ ਚਰਚਾ ਵੀ ਪੂਰੀ ਜ਼ੋਰਾਂ ਤੇ ਚੱਲਣ ਲੱਗ ਪਈ ਹੈ ਜੋ ਕਿ ਸਿੱਧੂ ਨੇ ਪਿਛਲੇ ਦਿਨੀ ਦੂਸਰੇ ਗਾਇਕ ਗੁਲਾਬ ਸਿੱਧੂ ਨਾਲ ਮਿਲ ਕੇ ਰਿਕਾਰਡ ਕੀਤਾ ਹੈ। ਚੱਕਿਆ ਨਾ ਫੈਲਾ ਜੱਟੀਏ ਓ ਡੋਲਣ ਨਹੀਂ ਦਿੰਦਾ ਜੱਟ ਨੂੰ ਮੈਂ ਪੜਿਆ ਜੋ ਕਹਿੰਦਾ ਜੱਟੀਏ ਓ ਬਿੱਲੋ ਛਾਜ ਲੈ ਦੇ ਲਾਡੀ ਨੇ जी हाँ दोस्तों ये वीडियो जो कि पिछले कुछ दिन पहले ही सोशल मीडिया पर काफी वायरल हुई सी जिस विच सिद्धू गुलाब दे नाल स्टूडियो विच बैठे दिखाई देंदे हन ਅਤੇ ਚਾਦਰੇ ਗਾਣੇ ਦੇ ਬੋਲ ਵੀ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੇ ਜਿਸ ਤੋਂ ਬਾਅਦ ਫੈਨਸ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ ਅਤੇ ਹੁਣ ਦੁਬਾਰਾ ਮਸ਼ਹੂਰ ਪੰਜਾਬੀ ਰੈਪਰ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਸ ਨਾਲ ਸ਼ੇਅਰ ਕੀਤਾ ਤੇ ਕਿਹਾ ਕਿ ਸਿੱਧੂ ਦਾ ਚਾਦਰਾ ਗਾਣਾ ਜਲਦ ਰਿਲੀਜ਼ ਹੋਵੇਗਾ। ਪਰ ਉਸ ਤੋਂ ਪਹਿਲਾਂ ਜਿਵੇਂ ਕਿ ਸਿੱਧੂ ਨੇ ਕਿਹਾ ਕਿ 26 ਜੁਲਾਈ ਨੂੰ ਸੰਜੂ ਗਾਣੇ ਦੀ ਅਫੀਸ਼ੀਅਲ ਵੀਡੀਓ ਵੀ ਆਉਣੀ ਹੈ ਤੇ ਲੱਗ ਰਿਹਾ ਕਿ ਉਸ ਤੋਂ ਬਾਅਦ ਹੀ ਇਹ ਗਾਣਾ ਰਿਲੀਜ਼ ਹੋ ਸਕਦਾ ਹੈ। ਇਸ ਦੇ ਨਾਲ ਹੀ ਨਸੀਬ ਦੁਆਰਾ ਗਾਣੇ ਨੂੰ ਸ਼ੇਅਰ ਕਰਨ ਦਾ ਕਈ ਜਾਣਿਆਂ ਵੱਲੋਂ ਕਾਰਨ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਉਹਨਾਂ ਦਾ ਗਾਣੇ ਵਿੱਚ ਕੋਈ ਰੈਪ ਹੋਵੇ ਪਰ ਇਸ ਬਾਰੇ ਅਜੇ ਕੋਈ ਪੂਰੀ ਖਬਰ ਨਹੀਂ ਮਿਲੀ ਹੈ। ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਚਾਦਰਾ ਗਾਣਾ ਸੰਜੂ ਤੋਂ ਬਾਅਦ ਸਿੱਧੂ ਦਾ ਦੂਸਰਾ ਵੱਡਾ ਸੁਪਰਹਿਟ ਸਾਬਤ ਹੋ ਸਕਦਾ ਹੈ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਧੰਨਵਾਦ। ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।